ਵਾਹਿਗੁਰੂ ਵਾਹਿਗੁਰੂ। ਨੂੰਹਾਂ ਵੇਖੋ ਕਿੰਨਾ ਅਤਿਆਚਾਰ ਕਰਦੀਆਂ ਨੇ, ਸਵੇਰੇ ਸਵੇਰੇ ਇੰਨੀ ਉਸ ਠੰਡ ਪੈ ਰਹੀ ਹੈ, ਮੇਰੀ ਮਾਂ ਤੋਂ ਪਾਲਕ ਤੁੜਵਾ ਰਹੀ ਹੋ ਤੁਸੀਂ? ਐ ਮੰਮੀ ਦੇਖੋ ਪਰਵਾਹ ਨਹੀਂ ਕੀਤੀ ਲੋਕੋ, ਆ ਵੇਖੋ ਉਸ ਪੈਂਦੀ ਵਿੱਚ ਮੇਰੀ ਮਾਂ ਨੇ ਹੱਥ ਠਿੱਠਰਦੇ ਠਿੱਠਰਦਿਆਂ ਨਾਲ ਪਾਲਕ ਤੋੜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਨੂੰ? ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਇਬਾਦਤ ਦੀ ਖੁਸ਼ੀ ਦੇ ਵਿੱਚ ਇਬਾਦਤ ਸਾਰਿਆਂ ਨੂੰ ਸ਼ੋਪਿੰਗ ਕਰਵਾਏਗੀ ਅੱਜ, ਆਪਣੀ ਦਾਦੀ ਨੂੰ, ਆਪਣੀ ਤਾਈ, ਆਪਣੀ ਦੀਦੀ, ਆਪਣੀ ਮੰਮੀ, ਇਬਾਦਤ ਦੀ ਭੂਆ ਰਹਿ ਗਏ, ਇਬਾਦਤ ਦੀ ਭੂਆ ਦੀ ਕੁੜੀ ਵੀ ਰਹਿ ਗਈ, ਉਹਨਾਂ ਨਾਲ ਦੇਖ ਲੈਂਦੇ ਹਾਂ ਉਹ ਕਿਵੇਂ ਕਰਨਾ ਚਾਹੁੰਦੇ ਨੇ। ਇਬਾਦਤ ਦੀ ਨਾਨੀ ਦੀ ਵੀ ਸ਼ੋਪਿੰਗ ਰਹਿੰਦੀ ਹੈ, ਸੋ ਜਿੰਨੀ ਵੀ ਸਾਡੀ ਫੈਮਿਲੀ ਦੇ ਵਿੱਚ ਲੇਡੀਜ਼ ਨੇ, ਸਾਰੀ ਲੇਡੀਜ਼ ਡਿਪਾਰਟਮੈਂਟ ਤੋਂ ਇਬਾਦਤ ਕਰਾ ਰਹੀ ਹੈ ਸ਼ੋਪਿੰਗ। ਚਲੋ ਲਓ ਜੀ, ਇਬਾਦਤ ਕੋਰ ਲੈ ਕੇ ਚੱਲੀ ਆਪਣੀ ਦਾਦੀ, ਆਪਣੀ ਤਾਈ, ਆਪਣੀ ਮੰਮੀ ਨੂੰ ਸ਼ੋਪਿੰਗ ਕਰਾਉਣ ਵਾਸਤੇ। ਹੈਂਜੀ, ਉਸ ਦੀਦੀ ਤਾਂ ਰਹੇਗੀ ਨਾਲ, ਦੀਦੀ ਨੂੰ ਵੀ, ਉਹ ਸਾਰੇ ਨੂੰ ਸ਼ੋਪਿੰਗ ਕਰਾਏਗਾ, ਪਾਪੇ ਨੂੰ ਵੀ ਕਰਾ ਦੇ। ਦਾਦੂ ਜਾਂਦੇ ਹੀ ਨੀ, ਮੇਰੀ ਚੱਕ ਲਓ, ਲੋੜ ਪੈ ਤੇ ਪਾ ਦਾਂਗਾ। ਸਾਰੇ ਜਣੇ ਟੋਕਰਾ ਦੱਸੀ ਜਾਓਗੇ, ਟੋਕਰਾ ਕੈਰੀਕੋਟ ਮੇਰੇ ਪੁੱਤ ਦਾ, ਤੁਸੀਂ ਸਾਰੇ ਟੋਕਰਾ ਟੋਕਰਾ ਲਾ ਰੱਖਿਆ, ਫਿਰ ਸ਼ੋਪੀਆਂ ਕਰਨ ਚੱਲਿਓ। ਆ ਜਾ ਦੀਦੀ, ਜਲਦੀ ਆ ਜਾ ਦੀਦੀ, ਆ ਗੱਡੀ ਕਹਿੰਦੇ ਲਾ ਦੀ ਪੁੱਠੀ ਕਰਕੇ, ਤੇਰਾ ਡੈਡੀ ਪੁੱਠਾ ਹੀ ਹੈ ਸਹੀ ਮੈਂ ਦੱਸਾਂ। ਇਬਾਦਤ ਦੇ ਪਾਪਾ ਕੀ ਲੈਣਗੇ ਹੈਂ, ਦੱਸੋ ਇਬਾਦਤ ਦੀ ਮੰਮੀ। ਇਬਾਦਤ ਦੇ ਪਾਪਾ ਪਜਾਮਾ ਕੁੜਤੇ ਲੈਣਗੇ। ਲੈ ਮੈਨੂੰ ਬਣਾ ਦਿਓ ਤੁਸੀਂ ਪਜਾਮੇ ਕੁੜਤੇ ਵਾਲਾ ਪਾਓ, ਮੈਂ ਜੀਨਸ ਜੂਨਸ ਨਾ ਪਾਵਾਂ? ਨਹੀਂ, ਪਜਾਮਾ ਕੁੜਤਾ ਪਾਇਓ, ਸੋਹਣਾ ਲੱਗਦਾ ਤੁਹਾਡੇ ਪਾਇਆ ਹੋਇਆ ਨਾ। ਸੀਰੀਅਸਲੀ? ਬਹੁਤ ਸੋਹਣਾ ਲੱਗਦਾ। ਚਲੋ ਜੀ ਫਿਰ, ਜੂਣਾ ਆਪਣੇ ਲਈ ਪਜਾਮਾ ਕੁੜਤਾ ਲੈ ਲੇਗਾ। ਲੋ ਜੀ ਪਹੁੰਚ ਗਏ ਜੀ, ਲੈ ਗਏ ਸਾਰਿਆਂ ਨੂੰ, ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ। ਚਲੋ ਜੀ ਚਲੋ, ਇੱਧਰ ਸਤਾਰ ਜੀ ਤੁਸੀਂ ਇੱਧਰ ਆ ਜਾਓ, ਸੂਟ ਲੈਣ ਤੋਂ ਬਾਅਦ ਪਹੁੰਚ ਗਏ ਜੀ ਸਪੈਸ਼ਲ ਦਾਲ ਵਾਲੀਆਂ ਪੂੜੀਆਂ ਖਾਣ। ਮੇਰੀ ਕੁੜੀ ਨੂੰ ਕੋਈ ਪੁੱਛਦਾ ਨਹੀਂ ਪਿਆ ਵਿਚਾਰੀ ਸੁੱਤੀ ਪਈ ਸਵੇਰ ਦੀ, ਇਹ ਆਪ ਹੀ ਖਾਈ ਜਾ ਰਹੇ ਨੇ। ਆਹ ਮੇਰੀ ਕੁੜੀ ਨੂੰ ਦੁੱਧ ਪਿਲਾਓ, ਓਏ ਪੁੱਟੋ ਸਾਰੇ ਜਣੇ ਪਹਿਲਾਂ। ਲਓ ਜੀ ਪੂੜੀਆਂ ਵੀ ਖਾ ਲਈਆਂ, ਛੋਲੇ ਵੀ ਖਾ ਲਏ, ਹੁਣ ਮੰਮੀ ਅਤੇ ਭਾਬੀ ਗਏ ਨੇ ਟੇਲਰ ਕੋਲ ਕੱਪੜੇ ਦੇਣ। ਕਿਰਨ ਨੂੰ ਸੂਟ ਪਸੰਦ ਨਹੀਂ ਆਇਆ, ਨਹੀਂ ਆਇਆ, ਨਹੀਂ ਆਇਆ, ਨਾ ਆਇਆ ਇਹਨੂੰ ਇਬਾਦਤ ਨੂੰ ਪਸੰਦ। ਪਰਮ ਦਾ ਰਹਿੰਦਾ, ਹੁਣ ਪਰਮ ਨੂੰ ਦਿਵਾਣ ਜਾਣਾ। ਇਬਾਦਤ ਦੀ ਮੰਮੀ ਧਿਆਨ ਨਹੀਂ ਦਿੰਦੀ, ਇੱਧਰ ਕੀ ਗੱਲ, ਬਾਹਰ ਦੇਖਣ ਡਈ ਹਾਂ। ਆਏ ਬਾਹਰ ਦੇਖਣ ਡਈ ਸਾ ਚਾਚੂ ਸੀ, ਹਾਂ ਮੁੰਡਿਆਂ ਨੂੰ ਸਭ ਖਾਣ ਪੀਣ ਨੂੰ ਕੁਝ ਮਿਲਦੇ ਆ? ਮੁੰਡਿਆਂ ਨੂੰ ਮੁੰਡੇ ਸਗੋ ਦਿੰਦੇ ਹੁੰਦੇ ਨੇ ਭੈਣਾਂ ਨੂੰ, ਮੁੰਡੇ ਲੈਂਦੇ ਨਹੀਂ ਹੁੰਦੇ ਭੈਣਾਂ ਤੋਂ। ਮੈਨੂੰ ਕੋਈ ਦੇ ਦੋ, ਮੈਂ ਵੀ ਲੈ ਕੇ ਦੇ ਦੋ। ਅੱਛਾ ਤੈਨੂੰ ਮੈਂ ਦਵਾਂ, ਤੂੰ ਉਹ ਦੇਂਗਾ? ਤੂੰ ਤੇਰੀ ਪੋਕਟ ਮਨੀਆਂ ਇਕੱਠੀਆਂ ਕੀਤੀਆਂ ਨੇ ਭੈਣ ਵਾਸਤੇ, ਲਿਆ ਗਿਫਟ ਕੋਈ? ਤੁਸੀਂ ਤਾਂ ਕਹਿ ਰਹੇ ਹੋ ਕਿ ਉਹ ਉਹਨੂੰ ਖਰਚਣਾ ਨਹੀਂ ਹੈਗਾ। ਓਹੋ ਚੱਲ ਇਹ ਵੀ ਗੱਲ ਸਹੀ ਹੈ,
ਚਲੋ ਕੋਈ ਗੱਲ ਨਹੀਂ, ਤੇਰੇ ਵੱਲੋਂ ਮੈਂ ਦੇ ਦਾਂਗਾ ਇਹਨੂੰ ਗਿਫਟ, ਠੀਕ ਹੈ? ਫਿਰ ਨਾਲ ਕਹਿੰਦਾ ਮੈਂ ਆਪਣੇ ਆਪ ਦੇਵਾਂਗਾ, ਨਾਲ ਕਹਿੰਦਾ ਨਹੀਂ ਖਰਚਣਾ, ਤੇਰਾ ਕੋਈ ਹੈ ਦੇਣ ਮਾਨ? ਮੈਂ ਆਪਣੇ ਹੀ ਚੱਕ ਲਾਂਗਾ। ਚੱਲ ਠੀਕ ਹੈ। ਵੈਸੇ ਜਾਵਾਂਗੇ ਕਦੋਂ? ਜਾਵਾਂਗੇ ਕੋਈ ਗੱਲ ਨਹੀਂ, ਇਬਾਦਤ ਦਾ ਫੰਕਸ਼ਨ ਕਰਾਂਗੇ। ਪਰ ਲੋਹੜੀ ਤੇ ਧੀਆਂ ਦੀ ਲੋਹੜੀ, ਪੁੱਤਾਂ ਦੀ ਲੋਹੜੀ ਤਾਂ ਮਨਾਉਂਦੇ ਨੇ ਕਈ ਜਣੇ, ਠੀਕ ਹੈ? ਬੜੀ ਧੂਮਧਾਮ ਨਾਲ ਅਸੀਂ ਆਪਣੀ ਇਬਾਦਤ ਦੀ ਲੋਹੜੀ ਮਨਾਵਾਂਗੇ, ਪੂਰੀ ਧੂਮਧਾਮ ਦੇ ਨਾਲ ਮਨਾਵਾਂਗੇ। ਅਤੇ ਕਈ ਜਣੇ ਹੁੰਦੇ ਨੇ, ਕਈ ਪਰਿਵਾਰ ਇੱਦਾਂ ਨੇ ਜੋ ਧੀਆਂ ਦੇ ਜੰਮਣ 'ਤੇ ਬਹੁਤ ਖੁਸ਼ੀ ਮਨਾਉਂਦੇ ਨੇ, ਅਤੇ ਉਹ ਉਹਨਾਂ ਨੂੰ ਵੀ ਸਲੂਟ ਹੈ ਸਾਰਾ, ਉਹਨਾਂ ਪਰਿਵਾਰਾਂ ਜੋ ਧੀਆਂ ਦੇ ਪੈਦਾ ਹੋਣ 'ਤੇ ਲੋਹੜੀਆਂ ਮਨਾਉਂਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਅਤੇ ਸੱਚੀ ਦਿਲ ਤੋਂ ਸਲੂਟ ਹੈ ਤੁਹਾਨੂੰ। ਅਤੇ ਅਸੀਂ ਆਪਣੀ ਇਬਾਦਤ ਦੀ ਲੋਹੜੀ ਮਨਾਉਣੀ ਹੈ, ਅਤੇ ਸਾਰਿਆਂ ਨੂੰ ਇਬਾਦਤ ਸ਼ੋਪਿੰਗ ਕਰਾ ਰਹੀ ਹੈ, ਅਤੇ ਤਿਆਰੀਆਂ ਨੇ ਫਿਰ ਲੋਹੜੀ ਦੀਆਂ, ਠੀਕ ਹੈ ਨਾ ਵੀ ਕਾਕੇ? ਹਾਂਜੀ। ਹਾਂ ਹਾਂ, ਪਰ ਮੰਮੀ ਹੋਰੀ ਆਉਂਦੇ ਨੇ ਫਿਰ ਪਰਮ ਨੂੰ ਡਰੈਸ ਦਵਾ ਕੇ, ਅਤੇ ਉਸ ਤੋਂ ਬਾਅਦ ਆਪਾਂ ਜਾਣਾ। ਕਿੱਥੇ ਜਾਣਾ? ਕਿਰਨ ਨੇ ਕੋਈ ਸਮਾਨ ਲੈਣਾ ਆਪਣਾ, ਫੇਸ ਵਾਸ਼ ਮੁੱਕਿਆ ਉਹ ਲੈਣਾ ਮੈਂ। ਠੀਕ ਹੈ ਜੀ, ਲੈ ਲਓ। ਚਲੋ, ਪਤਾ ਨਹੀਂ ਮਿਲੂਗਾ ਇੱਥੋਂ ਕਿ ਨਹੀਂ ਮਿਲੂਗਾ। ਆ ਗਏ ਦਾਦੀ ਮੰਮਾ। ਬਹੁਤ ਤੁਸੀਂ ਟਾਈਮ ਬਹੁਤ ਲਾਇਆ ਮੰਮੀ, ਇੱਕ ਤਾਂ ਤੁਸੀਂ ਨਾ ਪਤਾ ਨਹੀਂ ਬਹੁਤ ਜ਼ਿਆਦਾ ਟਾਈਮ। ਟੇਲਰ ਬੈਠਾ ਸੀ ਫਿਰ ਇਹ ਕਹਿੰਦੀ ਚੱਲ ਮੈਂ ਚੱਪਲਾਂ ਲੈਣੀ, ਅਗੋਂ ਮੈਂ ਚੱਪਲ ਤਾਂ ਪਾ ਕੇ ਦੇਖੀ। ਕੀ ਚੱਕਰ ਪਿਆ ਤੁਹਾਡਾ? ਟੇਲਰ ਗਿਆ ਸੀ, ਮਾਪ ਵੀ ਲੈਣਾ ਸੀਗਾ, ਨਿੰਦਰ ਨੇ ਆਪਣਾ ਮਾਪ ਵੀ ਦੇਣਾ ਸੀ। ਫਿਰ ਵੀ ਨਾ ਆਇਆ, ਫਿਰ ਫੋਨ ਜੇ ਤਾਂ ਆ ਰਹੇ ਜਲਦੀ, ਠੀਕ ਨੀ ਫਿਰ ਜਾਂਦੇ ਆ ਅਸੀਂ। ਫਿਰ ਕਹਿੰਦਾ ਬਸ ਉਹ ਆ ਰਹੇ ਤੁਰ ਪਏ ਨੇ, ਹੁਣ ਪਰਮ ਦੇ ਵਾਸਤੇ ਕੱਪੜੇ ਲੈਣ ਗਏ ਨੇ ਭਾਬੀ ਤੇ ਕਿਰਨ। ਉਹ ਸਾਹਮਣੇ ਕੋਈ ਸ਼ੋਪ ਹੈ ਇਧਰੋਂ, ਪਰਮ ਦੇ ਫਿਰ ਆਪਾਂ ਹੋ ਗਏ ਫ੍ਰੀ, ਠੀਕ ਨੀ? ਮੈਂ ਕੁੜਤੇ ਪਜਾਮੇ ਦਾ ਮਾਪ ਦੇਣਾ, ਮੈਂ ਕੁੜਤੇ ਪਜਾਮੇ ਦਾ ਮਾਪ ਦੇ ਦਵਾਂ ਟੇਲਰ, ਉਹ ਵੀ ਗਿਆ ਹੋਇਆ ਕਿਤੇ। ਫਿਰ ਆਏ ਪਾਪਾ, ਪਾਪਾ ਨਾਲ ਆ ਜੀ ਸੁਰਪਰੇ, ਕੱਪੜੇ ਉਹਨੂੰ ਪੜਾਤੇ ਨੇ ਹੋਰ ਆਏ ਤੇ ਫਿਰ ਰੱਖੇਗਾ ਸਾਹਮਣੇ, ਹੁਣ ਜਾਂਦੇ ਹੋਏ ਲੈ ਲੈਣੇ ਨਾ ਤਾਂ ਦੇ ਦਿਓ ਫਿਰ, ਜੇ ਨਹੀਂ ਹੈਗਾ ਤਾਂ ਦੇ ਦਿਓ ਫਿਰ ਕੱਪੜੇ ਦੇ ਦਊਗਾ ਹੋਰ। ਛੋਟੀਆਂ ਛੋਟੀਆਂ ਕਰ ਰਹੀ ਹੈ, ਲਾ ਲੈ ਚੋਰ ਲਾ ਲੈ ਤੂੰ, ਅਸੀਂ ਨੀ ਬਣਾ ਦਿੰਦੇ ਵੀਡੀਓ, ਭੁੱਖ ਲੱਗੀ ਬਣਾਓ ਮੰਮੀ, ਉੱਠੋ ਯਾਰ, ਹਰੇ ਹਰੇ ਪਰੌਂਠੇ, ਹਰੇ ਹਰੇ ਗ੍ਰੀਨ ਠੀਕ ਹੈ ਨਾ ਭਾਬੀ, ਬਣਦੀ ਨੇ ਗੱਲ ਲੈ ਠੀਕ ਹੈ। ਯੂਨੀਅਨ ਯੂਨੀਅਨ ਜ਼ਿੰਦਾਬਾਦ, ਚੁੱਲ੍ਹੇ ਤੇ ਬਣਾਈ ਨਹੀਂ ਬਾਹਰ, ਠੰਡ ਬਹੁਤ ਹੈ ਮੰਮੀ, ਨਾ ਹੁਣ ਜੇ ਤੁਸੀਂ ਰੋਟੀ ਬਣਾ ਦੇਗੇ ਕੋਈ ਫਰਕ ਪੈ ਜਾਏਗਾ? ਦੱਸੋ ਜਰਾ, ਮੇਰੀ ਘਰ ਵਾਲੀ ਰੋਟੀ ਮੰਗ ਰਹੀ ਏ, ਹੈ ਮੇਰੀ ਵਿਚਾਰੀ ਇੰਨੀ ਸ਼ਰੀਫ ਘਰ ਵਾਲੀ ਏ, ਆਏ ਹਾਏ ਮੂੰਹ ਲਗੋ ਲਿਆ ਦੇਖੋ ਇਹਨੇ, ਤੁਸੀਂ ਮੇਰੀ ਮੇਰੀ ਘਰ ਵਾਲੀ ਰੋਟੀ ਨੀ ਖਵਾ ਸਕਦੇ ਹੈ? ਘਰ ਵਾਲੀ ਤੇ ਖਵਾ ਸਕਦੇ ਆ, ਉਹ ਕਹਿੰਦੇ ਗ੍ਰੀਨ ਰੋਟੀ ਬਣਾਓ, ਹਰੀ ਰੋਟੀ ਦੇਖ ਪਰਮ, ਹਰੇ ਰੰਗ ਦੀ ਰੋਟੀ ਖਾਂਦੀ ਤੇਰੀ ਚਾਚੀ, ਪਾਲਕ ਮੇਥੀ, ਕਿਉਂਕਿ ਉਦੋਂ ਅਸੀਂ ਵਲੌਗ ਨਹੀਂ ਸ਼ੂਟ ਕੀਤਾ, ਚੇਤਾ ਭੁੱਲ ਗਿਆ ਸੀ ਖਾਣ ਦੀ ਐਕਸਾਈਟਡ, ਵੀ ਉਦੋਂ ਮੰਮੀ ਨੇ ਜਿਹੜੇ ਆ ਪਰੌਂਠੇ ਬਣਾਏ ਸੀ ਪਾਲਕ ਮੇਥੀ ਘਰ ਦੇ ਪਾ ਪੂ ਕੇ, ਤੇ ਇੰਨੀ ਸੋਫਟ, ਮਤਲਬ ਜਿਹੜੇ ਉਹ ਅੰਮ੍ਰਿਤਸਰੀ ਕੁਲਚਾ ਹੁੰਦਾ ਉਹ ਵੀ ਫੇਲ ਸੀ, ਸਹੀ ਗੱਲ ਹੈ, ਲਸਣ ਅਦਰਕ ਪਾਇਆ ਸੀ ਜਿਵੇਂ ਉਹ ਪੀਸ ਕਰ ਕਰਕੇ ਨਾ ਮੂੰਹ ਚ ਹੁੰਦਾ ਸੀ ਨਾ, ਬੜਾ ਵਧੀਆ ਫਲੇਵਰ ਹੁੰਦਾ ਸੀ ਚੁੱਲ੍ਹੇ ਦੇ, ਓਏ ਹੋਏ ਹੋਏ ਇਹਨੂੰ ਨਹੀਂ ਹੈ।
ਡੈਡੀ ਕੋਲ ਆ ਕੇ ਸੋਣਾ ਹੀ ਇਹਨੇ। ਵਾਹਿਗੁਰੂ ਵਾਹਿਗੁਰੂ, ਨੋਆਂ ਵੇਖੋ ਕਿੰਨਾ ਅਤਿਆਚਾਰ ਕਰਦੀਆਂ ਨੇ। ਸਵੇਰੇ ਸਵੇਰੇ ਇੰਨੀ ਔਸ ਠੰਡ ਪੈ ਰਹੀ ਹੈ, ਮੇਰੀ ਮਾਂ ਤੋਂ ਪਾਲਕ ਤੁੜਵਾ ਰਹੇ ਹੋ ਤੁਸੀਂ। ਤੁਸੀਂ ਕਿੱਥੇ ਦੇਣਾ ਦੇਣਾ ਦਿਓਗੀਆਂ ਮੇਰੀ ਮਾਂ ਦਾ? ਤੁਸੀਂ ਦੇਣਾ ਨੀ ਦੇ ਸਕਦੀਆਂ ਭਾਬੀ ਹੋ ਮੇਰੀ ਮਾਂ ਦਾ, ਨਾ ਮੇਰੀ ਭਾਬੀ ਨਾ ਮੇਰੀ ਜਨਾਨੀ। ਆਦੀ ਸਵੇਰੇ ਸਵੇਰੇ ਮੇਰੀ ਮਾਂ ਠੰਡ ਦੇ ਵਿੱਚ ਪਾਲਕ ਤੋੜ ਰਹੀ ਹੈ। ਮੈਂ ਤਾਂ ਚੱਲ ਖਾਵਾਂਗਾ, ਪਰ ਸਵੇਰੇ ਸਵੇਰੇ ਕਿਉਂ ਤੁੜਵਾਇਆ? ਦੁਪਹਿਰੇ ਤੁੜਵਾ ਵੇਖ ਲੋ ਜੀ, ਆਹ ਲੱਗੀ ਘਰ ਦੀ ਸਬਜ਼ੀ ਪਾਲਕ, ਇੱਥੋਂ ਤਾਜ਼ੀ ਪਾਲਕ ਪੱਟ ਕੇ। ਹੈਂ ਮੰਮੀ, ਦੇਖੋ ਪਰਵਾਹ ਨੀ ਕੀਤੀ ਲੋਕੋ। ਆਹ ਵੇਖੋ ਉਸ ਪੈਂਦੀ ਵਿੱਚ ਮੇਰੀ ਮਾਂ ਨੇ ਹੱਥ ਠਿੱਠਰਦੇ ਠਿੱਠਰਦਿਆਂ ਨਾਲ ਪਾਲਕ ਤੋੜੀ। ਹੈ ਕੋਈ ਐਸੀ ਮਾਂ? ਵੈਸੇ ਸਾਰੀ ਦੁਨੀਆਂ ਦੀ ਮਾਵਾਂ ਕਰਦੀਆਂ ਹੀ ਨੇ, ਕਰਦੀਆਂ ਨੇ, ਤੇਰੀ ਮਾਂ ਕੋਲ ਔਖੀ ਹੈ। ਸਹੀ ਗੱਲ ਹੈ, ਇਹ ਵੀ ਗੱਲ ਸਹੀ ਹੈ। ਸਾਰੀਆਂ ਦੁਨੀਆਂ ਭਰ ਤੇ ਸਾਰੀਆਂ ਮਾਵਾਂ ਨੂੰ ਸਲਾਮ। ਤੇਰੀ ਮਾਂ ਹੈ, ਬਾਕੀ ਤਾਂ ਮਾਂ ਹੀ ਕੋਈ। ਓ ਮੇਰੀ ਮਾਂ ਤਾਂ ਹੀਰੋਇਨ ਹੈ। ਹੀਰੋਇਨ? ਹਾਂਜੀ, ਉਹ ਹੀ ਆ ਗਈ। ਕੱਲੇ ਕੱਲੇ ਪਾਲਕ ਪਾਓਗੇ, ਹੋਰ ਵੀ ਕੁਛ ਪਾਓਗੇ? ਮੇਥੀ ਵੀ ਤੋੜ ਦਈਏ? ਵਾਹ ਜੀ, ਉਹ ਮੇਥੀ ਵੀ ਤੋੜ ਲਈ, ਪਾਲਕ ਵੀ ਤੋੜ ਲਈ, ਧਨੀਆ, ਲਸਣ, ਬਾਹਰ ਚੁੱਲ੍ਹੇ ਤੇ ਬਣਾਉਣੀ ਕਿ ਅੰਦਰ ਬਣਾਉਣੀ? ਮੰਮੀ ਮੰਮੀ ਠੰਡ ਜ਼ਿਆਦਾ ਹੈ ਯਾਰ, ਅੰਦਰ ਲਾਈਟ ਕੋਈ ਨਹੀਂ, ਅੰਦਰ ਧੂਆਂ ਜਿਹਾ ਬਹੁਤ ਫੈਲਾ। ਇਹ ਵੀ ਗੱਲ ਸੀ ਕਿ ਧੂਆਂ ਅੰਦਰ ਜ਼ਿਆਦਾ ਹੋ ਜਾਏਗਾ, ਚਿਮਨੀ ਚੱਲਣੀ ਨਹੀਂ। ਸਾਰੀ ਤਾਂ ਪਾਲਕ ਮੇਰੀ ਮੰਮੀ ਨੇ ਤੋੜੀ, ਇੱਕੋ ਗੁੱਛੀ ਤੋੜੀ ਮੇਰੀ ਭਾਬੀ ਨੇ ਵੇ। ਭਾਬੀ ਇੱਕ ਗੁੱਛੀ ਤੋੜ ਕੇ ਆਪਣਾ ਨਾਮ ਕਰੀ ਜਾਂਦੀ ਹੈ ਵੀ ਮੈਂ ਮਦਦ ਕੀਤੀ ਨਾ। ਲੋ ਜੀ, ਠੰਡ ਦੇ ਵਿੱਚ ਪਾਲਕ ਨੂੰ ਧੋਂਦੇ ਹੋਏ ਭਾਬੀ ਅੱਗੇ ਵਾਈਪਰ ਮਾਰਦੀ ਹੋਈ। ਲੋ ਜੀ, ਪਾਣੀ ਨਾਲ ਪਾਲਕ ਧੋਂਦੇ ਹੋਏ, ਇੱਧਰ ਮੰਜੀ ਸਾਫ਼ ਕਰਦੀ ਹੋਈ ਮੇਰੀ ਮਾਂ। ਇੱਧਰ ਗੁਬਾਰਾ ਕਿੱਥੇ ਛੱਡਾਂ ਇਹਨੂੰ? ਖੜ ਜਾ ਕੁੱਤੇ, ਖੜ ਜਾ, ਖੜ ਜਾ, ਮੈਂ ਦੱਸਦਾ ਚੂਹੇ ਆ। ਆਹ ਦੇਖੋ ਦੋਸਤੋ, ਅਲਮਾਰੀ ਬਣਵਾਈ ਹੈ ਗੁਰੂ ਮਹਾਰਾਜ ਵਾਸਤੇ, ਬਣ ਗਈ ਸੀ ਅਸੀਂ ਪਰ ਲੈ ਕੇ ਨਹੀਂ ਗਏ, ਉੱਥੇ ਮੋਹਾਲੀ ਲੈ ਕੇ ਜਾਣੀ ਸੀ। ਨਾ 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 ਨਾ, ਉਤਾਰ ਲੈਮੀਨੇਸ਼ਨ ਉਤਾਰਾਂਗੇ, ਫਿਰ ਮੈਲੀ ਹੋ ਜਾਣੀ ਹੈ। ਇੱਥੇ ਬਾਬਾ ਜੀ ਵਾਸਤੇ ਆਪਾਂ ਬਣਵਾਈ ਹੈ ਅਲਮਾਰੀ ਪ੍ਰੋਪਰਲੀ, ਇਹ ਹਲੇ ਲੈ ਕੇ ਜਾਣੀ ਹੈ। ਮੈਂ ਸ਼ਿਪੀ ਨੂੰ ਬਾਦਲ ਫੜਾ ਕੇ ਆਈ ਹਾਂ ਤੇ ਆਪ ਰਸੋਈ 'ਚ ਆਈ ਹਾਂ, ਕਿਉਂਕਿ ਮੰਮੀ ਹੁਣ ਨਹੀਂ ਲੱਗੇ ਨੇ ਆਟਾ ਗੁੰਨਣ। ਵਾਹਵਾ ਘਿਓ ਪਾਤਾ ਮੰਮੀ ਨੇ, ਇਹਨੂੰ ਮੋਟੇ ਤਾਜ਼ੇ ਆਟੇ 'ਚ ਘਿਓ ਪਾ ਕੇ ਬੇਸਣ ਮਿਕਸ ਕੀਤਾ, ਅਤੇ ਭਾਬੀ ਉੱਧਰ ਡੇ ਨੇ ਪਾਲਕ ਮੇਥੀ ਨੂੰ ਕੱਟਣ, ਫਿਰ ਅਸੀਂ ਚੁੱਲ੍ਹੇ 'ਤੇ ਬਣਾਉਣਗੇ ਮੰਮੀ, ਅਤੇ ਫਿਰ ਖਾਵਾਂਗੇ ਗਰਮ ਗਰਮ। ਬਾਹਰ ਬਣਾਵਾਂਗੇ ਚੁੱਲ੍ਹੇ 'ਤੇ। ਚੁੱਲ੍ਹੇ 'ਤੇ ਬੜੇ ਸਵਾਦ ਆਉਂਦਾ ਨਾ ਮੰਮੀ, ਡੇ ਮਿਕਸ ਕਰ ਲਾ।
ਚੁੱਲ੍ਹੇ ਉੱਤੇ ਮਿਹਰ ਮਾਵੇ ਮੈਂ ਤਾਂ ਪਰੌਂਠੇ ਬਣਾਉਂਦੀ ਮਿਹਰਮਾ ਕਿੱਥੇ ਮਿਹਰਮਾ ਜੀ ਆ ਜਾਓ ਪਰੌਂਠੇ ਛਕ ਲੋ ਵਾਹ ਜੀ ਵਾਹ ਹਰੀਆਂ ਹਰੀਆਂ ਰੋਟੀਆਂ ਓਏ ਹੋਏ ਗ੍ਰੀਨ ਰੋਟੀ ਗ੍ਰੀਨ ਵੈਜੀਟੇਬਲਸ ਗ੍ਰੀਨ ਰੋਟੀ ਕਿੱਦਾਂ ਬਣੀ ਵੀਰੇ ਦਾਦੂ ਨੂੰ ਕਹਿ ਰਹਿਣ ਦੋ ਤਰੇਲ ਪੈ ਰਹੀ ਸੀ ਤਰੇਲ ਨਾ ਪਵੇ ਬੇਜਾ ਆਰਾਮ ਹੈ ਸਵਾਦ ਮੰਮੀ ਵੈਸੇ ਜ਼ਿੰਦਗੀ ਦਾ ਸਵਾਦ ਤਾਂ ਆਹੀ ਹੈ ਲੋ ਜੀ ਸਾਡੀ ਵਾਰੀ ਆ ਗਈ ਰੋਟੀ ਖਾ ਲਈ ਮੰਮੀ ਉਹਨੂੰ ਉਹ ਸੂਟ ਪੂਰਾ ਆ ਗਿਆ ਉਹਨੂੰ ਬਿੱਲੀ ਜੀ ਵਾਲਾ ਸੂਟ ਉਹਦਾ ਖਰੀਦਿਆ ਸੀ ਨਾ ਨਵਾਂ ਇੱਕ ਪਹਿਲਾਂ ਛੋਟੀ ਜਿਹੀ ਥੋੜ੍ਹੀ ਜਿਹੀ ਫਰਕ ਪੈ ਗਿਆ ਉਹਨੂੰ ਆ ਗਿਆ ਸੂਟ ਸੂਟ ਨਹੀਂ ਛੋਟਾ ਹੋਇਆ ਉਹ ਥੋੜ੍ਹੀ ਵੱਡੀ ਹੋ ਗਈ ਲਓ ਜੀ ਚਾਹ ਦੇ ਦਿਓ ਭਾਬੀ ਮੈਨੂੰ ਨਾਲ ਚਾਹ ਤੋਂ ਬਗੈਰ ਕੀ ਸਵਾਦ ਥੋੜ੍ਹੀ ਜਾਣਾ ਖਾਣ ਦਾ ਨਾ ਮੈਂ ਖਾ ਲਾਂਗਾ ਆਰਾਮ ਨਾਲ ਆਏ ਹਾਏ 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 ਚਾਹ ਕਿੰਨੇ ਕਿੰਨਾ ਰਿਵਿਊ ਦਿਓ ਮੰਮੀ ਸੱਚੀ ਕਹਿ ਰਿਹਾ ਇਹ ਇਹਦੇ ਵਰਗੀ ਡਿਸ਼ ਜ਼ਿੰਦਗੀ 'ਚ ਨਹੀਂ ਖਾਧੀ ਦੋਸਤੋ ਮੈਂ ਸੱਚ ਕਹਿ ਰਿਹਾ ਰੈਸਟੋਰੈਂਟ ਖੁੱਲ੍ਹਾ ਪਰੌਂਠੇ ਐਡ ਕਰ ਲਓ ਸੱਚੀ ਦੋਸਤੋ ਇਹੋ ਜਿਹੇ ਹਰੇ ਭਰੇ ਪਰੌਂਠੇ ਪਤਾ ਨਹੀਂ ਅਦਰਕ ਉਦਰਕ ਨਹੀਂ ਉਹ ਲਸਣ ਲੁਸਣ ਕਟਿੰਗ ਕਰਕੇ ਚੋਪ ਨਹੀਂ ਕੀਤੇ ਏਡੇ ਬਰੀਕ ਬਰੀਕ ਮੂੰਹ 'ਚ ਆ ਰਹੇ ਨੇ ਤੁਸੀਂ ਨਾ ਵੈਸੇ ਕੱਲ੍ਹ ਵੀ ਸਾਨੂੰ ਚੁੱਲ੍ਹੇ ਚੁੱਲ੍ਹੇ ਬਣਾ ਕੇ ਖਵਾਏ ਇੱਥੇ ਠੀਕ ਹੈ ਅੱਛਾ ਹੈ ਮਰਜ਼ੀ ਲੈ ਲਓ ਬਹਿ ਕੇ ਆਰਾਮ ਛਕਦੇ ਰਹੋ ਐਸੀ ਕੋਈ ਮੈਂ ਕਹਿੰਦਾ ਇਹੋ ਜਿਹੀ ਕੋਈ ਡਿਸ਼ ਨਹੀਂ ਹੋਣੀ ਜੋ ਇੱਥੇ ਬਹਿ ਕੇ ਚੁੱਲ੍ਹੇ ਤੇ ਜਿਹੜੇ ਮੇਰੇ ਵੀਰ ਭੈਣ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਤਰਸੋ ਤੁਸੀਂ ਤਰਸੋ ਤਾਂ ਇਹ ਕਹਿੰਦੇ ਆ ਜਾਓ ਮੁੜਿਓ ਪੰਜਾਬ ਚੁੱਲ੍ਹੇ ਵਰਗੀਆਂ ਰੀਸਾਂ ਕਿਤੇ ਨੀ ਮੇਰੇ ਵੀਰੋ ਚਲੋ ਮਜ਼ਾਕ ਆਪਣੀ ਥਾਂ ਤੇ ਪਰ ਬਹੁਤ ਵਧੀਆ ਇਹ ਚੁੱਲ੍ਹੇ ਦਾ ਸਵਾਦ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਦਿਓ ਇਜਾਜ਼ਤ ਸਾਰੇ ਕਰ ਦਿਓ ਬਾਏ 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 ਬਾਏ